ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ ਜੀ? ਓਕੇ ਰਿਪੋਰਟਾਂ ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ? ਹੈਲੋ 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 ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕਿੱਦਾਂ ਜੀ ਸਭ? ਠੀਕ ਠਾਕ? ਲਓ ਜੀ, ਫਿਲਮ ਆਪਣੀ ਰਿਲੀਜ਼ ਹੋ ਗਈ ਆ, ਸ਼ੰਦਾ ਸ਼ੰਦਾ ਨੋ ਪਾਪਾ। ਕਿਹਨੇ ਕਿਹਨੇ ਦੇਖ ਲਈ? ਪਹਿਲਾਂ ਤਾਂ ਭੇਜੋ ਇੱਦਾਂ ਜੇ ਕਰਕੇ ਅੰਗੂਠੇ, ਕਿਹਨੇ ਕਿਹਨੇ ਦੇਖ ਲਈ ਅਤੇ ਕਿੱਦਾਂ ਦੀ ਲੱਗੀ ਆ? ਸੋ ਆਪਣਾ ਫੀਡਬੈਕ, ਵੈਸੇ ਤੁਹਾਡੇ ਰਿਵਿਊਜ਼ ਜਿਹੜੇ ਸਿਨੇਮੇ 'ਚੋਂ ਨਿਕਲਦਿਆਂ ਦੇ ਬਾਹਰ ਆਈ ਜਾਂਦੇ ਨੇ, ਉਹ ਮਿਲੀ ਜਾਂਦੇ ਨੇ। ਰਾਜਵੀਰ ਜੀ ਕਹਿੰਦੇ ਨਾਈਸ ਮੂਵੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮੱਚ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਨੇ, ਜਿਹਨੇ ਦੇਖ ਲਈ ਨਾਈਸ ਮੂਵੀ, ਨਾਈਸ ਮੂਵੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਆਵਾਜ਼ ਆ ਰਹੀ ਹੈ ਜੀ, ਕਹਿੰਦੇ ਬਹੁਤ ਵਧੀਆ ਅਨਮੋਲ ਜੀ, ਕਹਿੰਦੇ ਥੈਂਕ ਯੂ ਮਹਾਰਾਜ। ਸੋ ਜਿਹਨੇ ਨਹੀਂ ਦੇਖੀ ਜਾਓ ਅੱਜ। ਅਰਸ਼ ਜੀ ਕਹਿੰਦੇ ਬਹੁਤ ਘੈਂਟ ਮੂਵੀ, ਸਿਰਾ ਮੂਵੀ ਵੀਰੇ, ਜੱਸਾ ਕਹਿੰਦਾ ਥੈਂਕ ਯੂ, ਥੈਂਕ ਯੂ, ਨਾਈਸ ਮੂਵੀ, ਚੱਕ ਤੇ ਫੱਟੇ। ਸੋ ਬੜੇ ਟਾਈਮ ਬਾਅਦ ਮਹਾਰਾਜ ਤੁਹਾਡੇ ਉਲਾਂਭੇ ਸੀਗੇ ਬਹੁਤ ਜ਼ਿਆਦਾ, ਵੀ ਫਿਲਮ ਤੁਸੀਂ ਇਕੱਲੀ ਕੌਮੇਡੀ ਬਣਾ ਦਿੰਦੇ ਹੋ, ਕੰਟੈਂਟ ਓਰੀਐਂਟਡ ਨੀਗੀ, ਹੈ ਨਾ? ਸੋ ਇਹ ਕਿਸੇ ਵੀ ਵਰਗ ਦੇ ਲਈ, ਕਿਸੇ ਵੀ ਏਜ ਦੇ ਲਈ ਤੁਸੀਂ ਜਾਓਗੇ, ਕਿਸੇ ਵੀ ਏਜ ਦੇ ਬੰਦੇ ਨਾਲ ਅਟੈਚ ਹੁੰਦੀ ਹੈ ਫਿਲਮ। ਚਾਹੇ ਕੋਈ ਬੰਦਾ ਉਹ ਕਹਿਣਗੇ 30 ਸਾਲਾਂ ਦਾ, ਕੋਈ 40 ਸਾਲਾਂ ਦਾ, ਕੋਈ ਛੋਟਾ ਵਾ, ਕੋਈ ਵੱਡਾ ਵਾ, ਜਿਵੇਂ ਵੀ ਆ, ਅਤੇ ਹਰੇਕ ਬੰਦੇ ਲਈ ਇਹ ਫਿਲਮ ਹੈ। ਇੱਕ ਸੈਕਿੰਡ, ਇੱਕ ਦੋ ਬੰਦਿਆਂ ਨੂੰ ਆਪਾਂ ਲਾਈਵ ਲੈਣਾ ਹੈ ਅੱਜ, ਤੁਹਾਡੀ ਗੱਲ ਵੀ ਕਰਾਉਣੀ ਹੈ। ਵੀ ਕਰਾਉਣੀ ਆ। ਸੋ ਪਹਿਲਾਂ ਥੈਂਕ ਯੂ, ਥੈਂਕ ਯੂ, ਥੈਂਕ ਯੂ, ਅਤੇ ਆਸਟ੍ਰੇਲੀਆ ਵਾਲਿਓ, ਤੁਹਾਡਾ ਬਹੁਤ ਬਹੁਤ ਥੈਂਕ ਯੂ ਸੋ ਮੱਚ, ਕਿਉਂਕਿ ਸਭ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚਦੀ ਆ ਫਿਲਮ, ਅਤੇ ਜਦੋਂ ਆਸਟ੍ਰੇਲੀਆ ਦੀ ਫਿਗਰ ਆਉਂਦੀ ਆ। ਹੈਲੋ ਹਿਨਾ ਜੀ, ਹੈਲੋ, ਤੁਸੀਂ ਕਿੱਥੇ ਘੁੰਮ ਰਹੇ ਹੋ? ਉੱਤਰਾਖੰਡ। ਓਹੋ, ਉੱਤਰਾਖੰਡ, ਉੱਤਰਾਖੰਡ ਦੇ ਵਿੱਚ ਵੀ ਆਪਣੀ ਫਿਲਮ ਲੱਗੀ ਹੋਈ ਆ? ਲੱਗੀ ਹੈ, ਕਿਤੇ ਲੱਗੀ ਹੋਈ ਆ ਮੈਡਮ? ਉੱਤਰਾਖੰਡ 'ਚ ਤੁਹਾਨੂੰ ਪਤਾ ਕਿੰਨੇ ਪੰਜਾਬੀ ਨੇ? ਹਾਂ, ਫੁੱਲਰ ਪੰਜਾਬੀ ਕਿੱਥੇ ਨਹੀਂ ਹੈ, ਪੰਜਾਬੀ ਹਰ ਜਗ੍ਹਾ, ਪੰਜਾਬੀ ਉਹ ਪੰਜਾਬੀ ਨੇ, ਚੱਕ ਲਵਾਂ। ਹਾਂ, ਤੇ ਉੱਤਰਾਖੰਡ ਦੇ ਵਿੱਚ ਫੁੱਲ ਔਨ ਪੰਜਾਬੀ ਨੇ। ਮੈਂ ਹੁਣੇ ਸਾਰਿਆਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਥੈਂਕ ਯੂ, ਥੈਂਕ ਯੂ, ਥੈਂਕ ਯੂ। ਆਸਟ੍ਰੇਲੀਆ ਬਹੁਤ ਬਹੁਤ ਅੱਛਾ ਰਿਸਪੌਂਸ, ਬਹੁਤ, ਮਤਲਬ ਇੱਕ ਫਰਸਟ ਡੇ ਤੋਂ ਮਤਲਬ ਆਪ ਲੋਗੋਂ ਨੇ ਕਿਲ ਕਰ ਦਿਆ, ਲਿਟਰਲੀ ਕਿਲ ਕਰ ਦਿਆ। ਆਸਟ੍ਰੇਲੀਆ ਨਾ, ਆਸਟ੍ਰੇਲੀਆ ਸਭ ਤੋਂ ਪਹਿਲਾਂ ਲੱਗਦੀ ਹੈ, ਕਿਉਂਕਿ ਸਾਡਾ ਸਭ ਤੋਂ ਪਹਿਲਾਂ ਦਿਲ ਆ ਨਾ ਜਿਹੜਾ ਆਸਟ੍ਰੇਲੀਆ ਦੇ ਲਈ ਦਗਦਗ ਕਰ ਰਿਹਾ ਹੁੰਦਾ ਕਿ ਆਸਟ੍ਰੇਲੀਆ ਵਾਲੇ ਕਿੱਦਾਂ ਨੇ, ਆਸਟ੍ਰੇਲੀਆ ਕਿੱਦਾਂ ਆਊਗੀ ਫੀਡਬੈਕ। ਸੋ ਕੱਲ ਜਦੋਂ ਆਸਟ੍ਰੇਲੀਆ ਫੀਡਬੈਕ ਕੈਸਾ ਫੀਡਬੈਕ ਆਇਆ, ਅੱਜ ਵੀ, ਅੱਜ ਆਲਮੋਸਟ ਸਾਰਾ ਆਸਟ੍ਰੇਲੀਆ ਸੋਲਡ ਆਊਟ ਸੀਗਾ, ਸਾਰਾ ਆਸਟ੍ਰੇਲੀਆ। ਆਸਟ੍ਰੇਲੀਆ ਤੋਂ ਇੰਨੀ ਵੱਡੀ ਫਿਗਰ ਆਉਣੀ ਬਹੁਤ ਵੱਡੀ ਗੱਲ ਆ। ਅੱਜ ਵੀ ਟੱਚਵੁੱਡ ਟੋਟਲ ਜੈਮ ਪੈਕ ਵਾਂਗੂ ਸੀਗਾ। ਸੋ ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੈਨਾ ਜੀ, ਤੁਹਾਨੂੰ ਕਿੱਦਾਂ ਦਾ ਮਾਹੌਲ ਲੱਗ ਰਿਹਾ, ਕਿੱਦਾਂ ਦਾ ਰਿਸਪੌਂਸ ਆ ਰਿਹਾ ਤੁਹਾਡਾ ਡੈਬਿਊ ਹੈ? ਮਤਲਬ ਮੇਰਾ ਤਾਂ ਡੈਬਿਊ ਹੈ, ਔਰ ਸਭ ਕੋ ਬਹੁਤ 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 ਮਜ਼ਾ ਆ ਰਿਹਾ ਹੈ ਫਿਲਮ ਦੇਖ ਕੇ। ਜੈਸਾ ਕਿ ਮੈਨੇ ਕਹਾ ਕਿ ਬਹੁਤ ਅੱਛਾ ਮੈਸੇਜ ਹੈ, ਮੈਂ ਬਹੁਤ ਸੁੰਦਰ ਲੱਗ ਰਹੀ ਹੂੰ ਸਭ ਲੋਗ। ਹਾਂ, ਮੇਰੇ ਹੈ ਨਾ ਜੀ ਏਦਾਂ ਦੀਆਂ ਫਿਲਮਾਂ, ਕਿਉਂਕਿ ਨੋਰਮਲੀ ਜਾਂ ਮੈਂ ਕਾਮੇਡੀ ਬਣਾਉਣਾ, ਤਹਿਲਕਾ ਮੱਚ ਗਿਆ, ਤਹਿਲਕਾ ਬਾਈ ਥੈਂਕ ਯੂ ਬ੍ਰਦਰ, ਜਾਂ ਤਾਂ ਮੈਂ ਫਿਲਮਾਂ ਬਣਾਉਣਾ ਹੁੰਦਾ ਕਾਮੇਡੀ, ਜਾਂ ਮੈਂ ਬਣਾਉਣਾ ਨਾ ਸੋਸ਼ਲ। ਸੋ ਦਿਸ, ਇਹ ਮੇਰੀ ਪਹਿਲੀ ਫਿਲਮ ਹੈ ਸਰ, ਸੋਸ਼ਲ ਕਾਮੇਡੀ ਹੈ ਨਾ। ਸੋ ਮੇਰੀ ਆ ਜਿਵੇਂ ਅਰਦਾਸ ਜਦੋਂ ਆਈ ਸੀ, ਉਹ ਵੀ ਦੋ ਤਿੰਨ ਮਹੀਨੇ ਲੱਗੀਆਂ ਰਹੀਆਂ। ਕੈਰੀ ਔਨ ਜੱਟਾ ਜਦੋਂ ਆਈ, ਉਹ ਵੀ ਐਵੇਂ ਹੀ ਲੱਗੀ ਰਹੀ। ਸੋ ਇਹ ਪਹਿਲੀ ਫਿਲਮ ਹੈ ਜਿਹੜੀ ਜੁਆਇੰਟ ਹੋ ਕੇ ਆਈ ਆ, ਹੈ ਨਾ? ਲੋਕ ਹੱਸਦੇ ਆ, ਤੇ ਹੱਸਦੇ ਹੱਸਦੇ ਇਮੋਸ਼ਨਲ ਹੋ ਜਾਂਦੇ, ਅੱਖਾਂ 'ਚ ਪਾਣੀ ਆ ਜਾਂਦਾ। ਮੈਨੂੰ ਯਾਦ ਆ ਜਿੱਦਣ ਆਪਾਂ ਬੰਬੇ ਸਕਰੀਨਿੰਗ ਤੇ ਬੈਠੇ ਸੀ ਨਾ, ਦੇਖ ਰਹੇ ਤੇ ਇਧਰ ਜੈਸਮੀਨ ਪਸੀਨ ਬੈਠੀ ਸੀ ਨਾ, ਤੇ ਮੈਂ ਨਾ, ਮੈਨੂੰ ਏਦਾਂ ਲੱਗਿਆ, ਮੈਂ ਕਿਹਾ ਯਾਰ ਇੱਧਰ, ਮੈਂ ਕਿਹਾ ਇੱਧਰ ਤੁਸੀਂ ਬੈਠੇ ਸੀ, ਮੈਂ ਕਿਹਾ ਯਾਰ ਮੇਰੀਆਂ ਅੱਖਾਂ 'ਚ, ਮੈਂ ਅੱਖਾਂ 'ਚ ਭਰ ਹੋਈਆਂ ਮੇਰੀਆਂ, ਮੈਂ ਪਾਣੀ, ਮੈਂ ਕਿਹਾ ਯਾਰ ਇਹ ਕਹਿ ਨਹੀਂ ਕਿੱਦਾਂ। ਮੈਂ ਜੈਸਮੀਨ ਅਲੀ ਦੇਖਿਆ, ਉਹ ਵੀ ਰੋ ਰਹੀ ਸੀ, ਹਨਾ? ਤੇ ਉਸ ਤੋਂ ਅੱਗੇ ਗਿੱਪੀ ਨੇ ਕਮ ਸੇ ਕਮ ਇਹ ਫਿਲਮ 50 ਵਾਰ ਦੇਖੀ ਹੋਗੀ, ਆਈ ਥਿੰਕ 100 ਟਾਈਮਸ ਦੇਖੀ ਹੋਗੀ। ਫਿਰ ਵੀ ਇਹ ਜਬ ਮੇਰੇ ਸਾਥ ਬੰਬੇ ਵਾਲੇ ਪ੍ਰੀਮੀਅਰ ਮੇ ਮੇਰੇ ਬਗਲ ਮੇ ਬੈਠੇ ਥੇ, ਅਭੀ ਇੱਕ ਇਮੋਸ਼ਨਲ ਸੀਨ ਚੱਲ ਰਹਾ ਥਾ, ਸ਼ਿੰਦਾ ਕਾ ਹੀ ਸੀਨ ਚੱਲ ਰਹਾ ਥਾ, ਤੋ ਸਡਨਲੀ ਮੈਨੇ ਐਸੇ ਐਸੇ ਦੇਖਾ, ਮੈਨੇ ਕਿਹਾ ਗਿੱਪੀ ਇਟਸ ਕ੍ਰਾਸ। ਨਹੀਂ ਨਹੀਂ, ਐਕਚੁਅਲੀ ਕੀ ਹੈ ਨਾ, ਆਈ ਟੈਲ ਯੂ,
कई लोगों को की लगता सी ना जिवें पहला की लगता सी कि शायद ये फिल्म इज ओनली बिटवीन गिप्पी एंड शिंदा है ना, बट मैं की नोटिस करना कि क्योंकि जो मेरे फादर का रोल है जो हरदीप गिल जी ने परफॉर्म किया है ना, सो हर बंदे नू की लगता ना कि वो कनेक्ट कर जाता। हुण जिवें मैं सी, मैं उस सीन दे उत्ते जिन्ना मैं छिंदे नू अटैच कर रहा सी उन्ना मैं अपने फादर नाल भी अटैच कर रहा सीगा, सो वो ऑटोमेटिकली हो जाता सी कि यार अखां भर आईयां थोड़ियां है ना, कि यार की हो गया है ना। सो वो एक हुंदा कि तुसीं सैड होके रो रहे हो अपसेट होके, एक हुंदा कि यार कि अच्छी वाइब है कि यार इमोशनल हो जाता बंदा कि यार या वी लव सो मच वो एक क्या दूजे है, नू इन्ना है ना। टीयर्स हाँ टीयर्स ऑफ जॉय इज हाँ इट, अंग्रेजी दे है, हाँ टीयर्स ऑफ इंग्लिश दे जॉय। है टीयर्स ऑफ। हाँ, और थोड़ा दसा पंजाबी ने जड़े पंजाबी इज फुल ऑफ टीयर ऑफ जॉय। टीयर ऑफ जॉय है ना, सब हाँ मतलब फुल ऑन सो टीयर्स वो ऑफ जी। हैप्पीनेस। हाँ सो थैंक यू जी, थैंक यू सारे का, इमोशनल कॉमेडी का कॉम्बिनेशन है कहने सही, थे। कथुरिया जी ने भी ज्वाइन कर लिया है, ओ हो कथुरिया साहब, कथुरिया कथुरिया साहब, कथुरिया साहब हमारे राइटर हैं जिन्होंने ये फिल्म कथुरिया लिखी कथुरिया है। साहब इज आ राइटर। नरेश जी, नरेश जी ने, नरेश जी थैंक यू सो मच। ये जड़ी फिल्म है ना जो फॉर नरेश, राइटिंग दिस ब्यूटिफुल फिल्म। हाँ या हाँ कमाल दी फिल्म नरेश जी तुसी लिखी है, आई एम सो हैप्पी। वैसे तो नरेश जी ने सारियां फिल्मां ही वधिया लिख लिया, पर आ काम फट्टे चेक कर देता। ये कथुरिया आ साहब, गए हमारे नरेश जी। नरेश जी किवें हो? बहुत वधिया भाई, तुसीं सुनाओ। नरेश जी थोड़ियां तरीफां हो रहियां सीगियां, ये मैनू तुहाडी तुहाडी लाइफ दी बेस्ट फिल्म होगी। क्या थैंक यू लगता सो है मच। आपके मैं लाइफ की, तुहाडी लाइफ दी बेस्ट फिल्म होगी? बिल्कुल कैसा नरेश जी, मैं रिस्पॉन्स ना है आपको, कैसा रिस्पॉन्स मिल रहा है? माइंड ब्लोइंग। माइंड ब्लोइंग। नरेश जी कल ना, हाँ कल जी कनाडा जदों देखी ना, कनाडा वाले लगी था उन्होंने नू ऐ लगया, वो कहंदे यार असीं सोचा सी कि जावांगे हसांगे कि हास उसके कॉमेडी होगी कि थोड़ी बहुत, कहंदे यार वी डिडंट एक्सपेक्ट के फिल्म इदां दी होगी। कहंदे तुसीं ट्रेलर दे विच नहीं, सानू भी लगदा भी ये फिल्म इस जोन दी होगी और इदां। मैनू पहली वेरी लाइफ दे विच एडे एडे लंबे मैसेज, एडे एडे सीरियसली, वॉइस नोट लोगों के आए ने है ना अरे यार वाह, इदां उदां। मैं क्या फर्स्ट वाह। टाइम। हाँ बस एक्चुअली की ना मैं है ना जी, मैं तो एक गल दसा, लाइफ दे विच ना एक इमोशन हर बंदे दी लाइफ दे विच आ, दैट इज के तुहाडे मां बाप जां तुहाडे बच्चे, ठीक है। सो जे बंदा सियाणा बियाणा है तां ओह अपने बच्चिआं नाल अटैच करदा है, ते जे बंदा छोटा वा जां 20 सालां दा जां 25 सालां दा 30 सालां दा छोटा तां ओह अपने पेरेंट्स नाल अटैच करदा। सो ये दोन्ने ही चीजां ने ना जिहड़ियां ये तुहाडी लाइफ कदे खत्म नहीं हो सकदियां है ना। सो उस करके मैनूं ऐ लगदा कि बहुत लोकां नूं ओह जिहड़ी रिलेटेबिलिटी आ, और एक आपां लिखी जेनुअन लिखी इदां हुई आ नरेश जी, तुसीं हर बंदे नूं इदां लगदा कि ओहदे घर दी कहानी है। हाँ यार मैनूं लगदा मैं मतलब कई बार छिंदे होना कोई गल कह देना, जब छिंदे होनी मैनू कोई गल कह देंगे ने, है छिंदे ने मैनू, मैनू छिंदा कल कही आवे कहना पापा ऐदा लगदा सीगा भी जिवें अपनी रियल लाइफ दी कहानी हुई आ, लड़ पैने कहना है ना घरे छोटी छोटी गलां ते लड़ पैने, मैं मारदा कुटदा नहीं है, फिल्म च भी मैं मारिया नहीं बट मैं मारदा कुटदा नहीं, बट छोटी छोटी गलां दी जिहड़ी बहस है वो यही बहस है। अपने यही अपने पेरेंट्स आपां नूं कहंदे सी कि पढ़ लो आ कर लो, टुट पैने वो कर लो, तुसीं थोड़ा कख नहीं बनना, आपां आपदे जवाकां नूं कही जाने, बच्चिआं नूं लगदा हुंदा कि असीं राइट है। सो सब दा हाँ, पॉइंट ऑफ व्यू है ना। सब का पॉइंट ऑफ व्यू। आई एग्री आई एग्री, बड़ों का छोटों का हर किसी का। अभी तक तो देखो, मैं मुझे यहाँ बॉम्बे में भी जिन जिन ने मेरे मतलब बहुत सारे लोग थिएटर में भी, प्रीमियर में नहीं आए पर थिएटर में फिल्म देखी, सबको बहुत बहुत बढ़िया लगी फिल्म। मतलब कमाल के रिव्यूज हैं अभी तक तो। मैं तो बोलती हूँ वीकेंड है, सैटरडे संडे, मतलब मेक द मोस्ट ऑफ इट। जाओ अपने नजदीकी सिनेमा घर में और फिल्म देखो, क्या करे, आपको यादगार रहेगी ये फिल्म, लाइफ टाइम यादगार रहेगी। मैं ना बिल्कुल तोड़े लाइफ दे विच कह देना कि जिन्हों फिल्म ना चंगी लगे हम्बल जाके अपना कॉन्टेक्ट नंबर दे जान, मैं सब दे पैसे मैं मोड़ूंगा। नरेश जी ए तो लोग झूठ इस बोलना चालू नरेश जी करेंगे इस फिल्म च पैसे मोड़न दी लोड़ नहीं पड़ी हैगी, इहदा बाप है दी ना। कृपा नाल काम सेट है। हाँ, नहीं नहीं पता ऐसा की हो यार ही नहीं नरेश जी, सकता, फिल्म ऐसा ना हो ही नहीं सकता। फिल्म, मैं सुनाता फिल्म कई बारी की होंगी, कई बारी फिल्म होंगी आर्टिस्ट नू क्या, देखो जो आर्टिस्ट फिल्म करता आर्टिस्ट का परपस सिर्फ ये नहीं हों, आर्टिस्ट नू अज अज हिना जी ने फिल्म की है, फिल्म चाहे इन्हों की जो इन्हों फीस आ वो तो फ्लॉप च भी मिलनी है हिट च भी मिलनी है, ठीक है। आर्टिस्ट नू की हुंदा वा कि यार जदों मेरी फिल्म आउंदी है ते सब्जेक्ट लोग मैनू फैन करके फोन करके कह रहे ने कि यार व्हाट अ फिल्म, कि तुसी इन्ना अच्छा सब्जेक्ट बनाया, इन्नी वधिया चीज बनाई, एप्रीशिएट हुंदा ना जदों बंदा, उदों बंदे नू ये चीज लगदी है कि यार मैं कुछ चंगा काम कीता, मेरी बस तारीफ की किसी ने या नहीं, सच बोलना। ठीक तो, आ थल्ले देखो कमेंट पढ़ो
ਲੋਕੀ ਇੰਨੇ ਤਰੀ ਨਹੀਂ ਆ ਰਹੇ ਕਮੈਂਟ। ਅੱਛਾ ਮੈਨੂੰ ਆ ਰਹੇ ਨੇ, ਕਹਿੰਦਾ ਹਿਨਾ ਜੀ ਹਮਾਰੇ ਕੋ ਪਤਾ ਨਹੀਂ ਕਿਆ ਬੋਲੋ, ਹਮਾਰੇ ਪਾਸ ਕਬ ਆਓਗੇ, ਆਪ ਬਹੁਤ ਸੁੰਦਰ ਲੱਗ ਰਹੇ ਹੋ। ਔਰ ਇੱਕ ਨੇ ਥੱਲੇ ਲਿਖਿਆ ਕਹਿੰਦਾ ਨਰੇਸ਼ ਕਤੂਰੀਆ ਜੀ ਐਸੇ ਲੱਗ ਰਹੇ ਹੈ ਜੈਸੇ ਐਡ ਸ਼ਰੀਨ ਬੈਠਾ ਹੈ। ਵਾਹ ਹੈ ਹੀ ਹਮਾਰੇ ਐਡ ਸ਼ਰੀਨ ਹੀ ਹੈ, ਹੈ। ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ, ਚੱਕ ਦਿਓ ਫੱਟੇ। ਚਲੋ ਤੇ ਹਿਨਾ ਜੀ ਤੁਸੀਂ ਮੈਨੂੰ ਲੱਗਦਾ ਸ਼ੂਟ ਤੇ ਹੋ, ਤੇ ਤੁਸੀਂ ਆਪਣਾ ਕਰੋ ਕੰਮ ਕਾਰ। ਸੋ ਥੈਂਕ ਯੂ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਦੇਣੇ ਕੇ ਲਈ, ਥੈਂਕ ਯੂ ਹਮਾਰੀ ਫਿਲਮ ਕੋ ਇਤਨਾ ਪਿਆਰ ਦੇਣੇ ਕੇ ਲਈ। ਵੀਕਐਂਡ ਹੈ, ਮੈਂ ਕੀ ਬੋਲ ਰਹੀ ਹੂੰ, ਮੈਂ ਤਾਂ ਮਤਲਬ ਇੱਕਦਮ ਬੋਲ ਰਹੀ ਹੂੰ, ਮਤਲਬ ਬਸ 100 ਦਿਨ ਤੱਕ ਫਿਲਮ ਉਤਰਨੀ ਨਹੀਂ ਚਾਹੀਏ ਔਰ ਹਾਊਸਫੁਲ ਜਾਣੀ ਚਾਹੀਏ ਬਸ। ਬਸ ਕੀ ਕਰੇ ਹੋ, ਬਲੇ 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 ਬਲੇ, ਥੈਂਕ ਯੂ ਥੈਂਕ ਯੂ, ਸੀ ਯੂ, ਬਾਏ 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 ਨਰੇਸ਼ ਜੀ, ਬਾਏ ਗੀ, ਬਾਏ ਜੀ ਬਾਏ।